कि कितने कितने जंगल जावांगे। हाँ कहने मान की कहने तू मान की कहने तू सत श्री अकाल सारिआं नूं कैम उसे तां सारिआं दीआं। चलो जी अज तुहानूं लै चलदे आं नवीं जगह ते नवीं जगह ते नवीआं नवीआं चीज़ां देखण नूं मिलदे आं ते आपां घरों निकल के ते साडी सारे कैम हो सारे ठीक ठाक हो सारे ठीक ठाक होवोंगे ਆਪਾਂ ਤੁਹਾਨੂੰ ਮਿਲਾਉਂਦੇ ਹਾਂ ਅੱਜ ਫਿਰ ਅਤੇ ਦੁਬਾਰਾ ਕਰਾਂਗੇ ਗੱਲ ਅਤੇ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ ਸਾਰਾ ਕੁਛ ਦਿਖਾਉਂਦੇ ਰਹਿੰਦੇ ਨਵਾਂ ਨਵਾਂ ਅਤੇ ਹਾਂਜੀ ਲਓ ਜੀ ਮੇਰੇ ਵੀਰਿਓ ਆਪਾਂ ਪਹੁੰਚ ਦਰਾਹੇ ਸਿਮਰ ਦਰਾਹੇ ਦੇ ਪਿੰਡ ਕੋਲ ਫਿਰ ਪਹੁੰਚ ਗਏ ਅੱਜ ਅਤੇ ਅੱਜ ਅਸੀਂ ਜਾਣਾ ਅਤੇ ਅੱਜ ਦੇਖਦੇ ਹਾਂ ਮੇਰੀ ਲੱਗਦਾ ਜਿੱਥੇ ਤੱਕ ਆਸ ਹੈ ਵੀ ਡੇਲੋਂ ਜਾਣਾ ਪਰ ਜਾਣਾ ਕੀ ਕਰਨਾ ਉਹ ਭਾਈ ਟਾਈਮ 'ਤੇ ਹੀ ਦੱਸਾਂਗੇ ਤੁਹਾਨੂੰ ਅਸੀਂ ਟਾਈਮ 'ਤੇ ਹੀ ਦੱਸਾਂਗੇ ਮੇਰੇ ਵੀਰਿਓ ਲਓ ਆਪਣੇ ਨਾਲ ਇੱਕ ਬੰਦਾ ਜੁੜ ਚੁੱਕਿਆ ਭਲਵਾਨ ਆ ਗਿਆ ਆਪਣੇ ਨਾਲ ਸ਼ੇਅਰ ਕਰਦੇ ਰਿਹਾ ਕਰੋ ਸਪੋਰਟ ਕਰਦੇ ਰਿਹਾ ਕਰੋ ਤੇ ਅੱਸੀ ਗੱਲਾਂ ਦੇ ਟੂਰਨਾਮੈਂਟ ਤੇ ਤੁਹਾਨੂੰ ਪਹੁੰਚ ਕੇ ਅਸੀਂ ਹੁਣ ਅੱਜ ਮਿਲਾਉਂਦੇ ਹਾਂ ਪਲੇਅਰਾਂ ਨੂੰ ਨਵੇਂ ਨਵੇਂ ਪਲੇਅਰ ਆਉਂਦੇ ਉਹਦੇ ਹਾਲੇ ਗਰਾਊਂਡ ਚ ਕੁਛ ਨੀ ਹੈ ਪੜਦਾਦਿਆਂ ਨੇ ਬਹੁਤਾਂ ਨਾ ਜੋੜੀਆਂ ਸੀ ਪੋਤਿਆਂ ਨੇ ਪੈਲੀਆਂ ਵਗਾਤੀਆਂ ਕਹਿੰਦਾ ਕੁਝ ਕੁ ਲੋਕਾਂ ਨੇ ਇੱਥੇ ਜਹਾਜ਼ਾਂ ਦੀਆਂ ਝੂਟੀਆਂ ਪਿੱਛੇ ਭਾਈਆਂ ਨਾਲ ਭੈਣਾਂ ਹੀ ਵਿਆਹਤੀਆਂ ਕਹਿੰਦਾ ਟਲਦੇ ਨਾ ਲੋਕ ਟਾਲੇ ਉਹ ਵੀ ਤਾਂ ਕਨੇਡਾ ਭਾਲੇ ਜਿਹੜਾ ਬੰਦਾ ਕਦੇ ਸੰਗਰੂਰ ਨੀ ਗਿਆ ਕਹਿੰਦਾ ਸਾਈਕਲਾਂ ਸਕੂਟਰਾਂ ਦੇ ਹੋਣਗੇ ਜ਼ਰੂਰ ਪਰ ਬੰਦਿਆਂ ਦਾ ਕੋਈ ਵੀ ਸਟੈਂਡ ਨਹੀਂ ਰਿਹਾ ਥੈਂਕ ਯੂ ਅੱਜ ਤੁਹਾਨੂੰ ਲਾਈਵ ਦਿਖਾਉਂਦੇ ਆ ਆਪਣੇ ਫਾਈਨਲ ਮੈਚ ਸਰਪੰਚ
ਸਾਡਾ ਧੰਨਵਾਦ ਹੈ ਲੱਖਾਂ ਇੱਟ ਲਈ, ਇਹਨਾਂ ਦਾ ਧੰਨਵਾਦ ਦੋਨੋਂ ਟੀਮਾਂ ਲਈ। 5-500 ਦੇ ਮਨ ਭੇਜਦੇ ਹੈ। ਲੱਕੀ ਆਸਟ੍ਰੇਲੀਆ ਵਾਲਾ ਕਹਿੰਦਾ ਹੈ ਵੀ ਜੋਧ ਵਾਲੇ ਮੰਦਰ ਦੀਆਂ 3 ਰੇਡਾਂ ਤੇ 3100 ਆਇਆ ਹੈ, ਨਾਲ ਚੋਰ ਦੀਆਂ 3 ਰੇਡਾਂ ਦੇ ਉੱਤੇ 3100 ਆਇਆ ਹੈ। ਲੱਕੀ ਆਸਟ੍ਰੇਲੀਆ ਭਾਈ ਕੋਮਲ ਆਸੀ ਔਰ ਉਹਨਾਂ ਦੇ ਨਾਲ ਭਾਈ ਗੁਰਦੀਪ ਆਸੀ, ਇਹਨਾਂ ਨੂੰ 3 ਰੇਡਾਂ ਜਿਹੜੀਆਂ 3100 ਸਾਰੀਆਂ ਪੈਣੀਆਂ ਹੈ। ਉਹ ਭਿੰਦਰ ਆ ਰਾਜ ਨੂੰ ਬੋਲੋ ਪਰ ਜੋਧ ਵਾਲਾ ਮੰਦਰ ਆਪਾਂ ਹੁਣ ਅੱਜ ਘਰ ਨੂੰ ਪਾ ਲਈ ਰਵਾਨਗੀ, ਭਲਵਾਨ ਨੂੰ ਛੱਡਤਾ ਅਤੇ ਉਹ ਮੁੰਡੇ ਨੂੰ ਵੀ ਛੱਡਤਾ ਅਤੇ ਆਪਾਂ ਹੁਣ ਚੱਲੇ ਹਾਂ ਜੀ ਅੱਜ ਕੰਮ, ਅਤੇ ਕੱਲ੍ਹ ਨੂੰ ਸਵੇਰੇ ਫਿਰ ਜਾਣਾ ਅਤੇ ਅੱਜ ਮਾਲਕ ਦੀ ਕਿਰਪਾ ਨਾਲ ਆਪਾਂ ਟਾਈਮ ਨਾਲ ਫਰੀ ਹੋ ਕੇ ਹੁਣ ਆਪਾਂ ਚੱਲੇ ਹਾਂ ਬਾਬਾ ਬੈਠਾ ਕੋਈ ਰਸਤੇ 'ਚ ਯਾਰ, ਅਤੇ ਆਪਾਂ ਚੱਲੇ ਹਾਂ ਹੁਣ। ਜੈ ਬਾਬਾ ਰਾਮ ਸਿੰਘ ਜੀ, ਲਲਕਲਾਂ ਵਾਲੇ ਕਿਰਪਾ ਰੱਖਿਓ, ਸਿਰ ਤੇ ਹੱਥ ਰੱਖਿਓ ਅਤੇ ਮਹਾਰਾਜ ਕਿਰਪਾ ਰੱਖੀ, ਸਿਰ ਤੇ ਹੱਥ ਰੱਖੋ, ਮਿਹਰ ਭਰਿਆ ਅਤੇ ਹੁਣ ਵਹਿਲੀਆਂ ਕਰਦੇ ਨੇ ਲੋਕ ਵੀ 2 ਮਿੰਟ ਨਾਲ ਉੱਧਰ ਰੋਂਗ ਸਾਈਡ ਪਾ ਲੈਂਦੇ ਨੇ, ਆਪਾਂ ਪਾਈ ਆਪਣਾ ਸਹੀ ਰਾਹ ਪਾਈ ਆ। ਮੈਂ ਕਿਹਾ ਵੀ 2 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ, ਭਲਵਾਨ ਨੂੰ ਵਿਚਾਰੇ ਨੂੰ ਛੱਡਣਾ ਉਹਦਾ, ਉੱਥੇ ਕਰੋਸਿੰਗ ਨਹੀਂ ਹੈਗੀ ਅਤੇ ਇੱਧਰ ਨੂੰ ਆਉਣਾ ਹੁੰਦਾ ਉਹਦਾ ਵਿਚਾਰੇ ਦਾ। ਕੱਲ੍ਹ ਕੰਮ ਮੈਂ ਲਵਾ ਤਾ, ਮੈਂ ਕਿਹਾ ਯਾਰ ਵੀ ਹੈ ਨਾ, ਅਤੇ ਮੈਨੂੰ ਤਾਂ ਬਣਦਾ ਸੀ ਇਕੱਲੇ ਦਾ ਮੇਰਾ, ਮੈਂ ਕਿਹਾ ਨਹੀਂ ਵੀ ਇਕੱਲੇ ਦਾ ਨਹੀਂ ਯਾਰ, ਵੀ ਪਾਈ ਤਾਂ ਉਹਦਾ ਮੁੰਡੇ ਦਾ ਵੀ ਲਵਾਓ ਹੈ ਨਾ। ਚਲ ਬੰਡਾ ਬੋਸ ਆਊਗਾ ਭਲਵਾਨ ਫਿਰ ਵੀ ਅਤੇ ਕਰਕੇ ਆ ਵਿਚਾਰਾ, ਚੱਲ ਕੋਈ ਨਹੀਂ ਜਿਵੇਂ ਵੀ ਹੈਗਾ ਠੀਕ ਆ ਵਿਚਾਰਾ, ਬੰਦਾ ਘੈਂਟ ਆ ਜਾਣੀ ਕਿ ਭਲਵਾਨ। ਚਲੋ ਮਿਲਦੇ ਹਾਂ, ਥੋੜ੍ਹਾ ਜਿਹਾ ਘੜੀਆਂ ਲੱਗੀਆਂ ਇੱਧਰ, ਵਿਆਹ ਵਿਹੂ ਲੱਗਦਾ ਅਤੇ ਵੀਓ ਆਪਾਂ ਪਹੁੰਚ ਗਏ ਹਾਂ ਘਰੇ ਅਤੇ ਗੱਡੀ ਲਾਤੀ ਆ, ਰਾਹ ਤੁਹਾਨੂੰ ਪਤਾ ਟੁੱਟਿਆ ਹੋਇਆ ਬਹੁਤ ਜ਼ਿਆਦਾ, ਅਤੇ ਅਸੀਂ ਘਰ ਆ ਗਏ ਹਾਂ ਅਤੇ ਹੁਣ ਤੁਹਾਨੂੰ ਮੋਰਨਿੰਗ ਮਿਲਾਂਗੇ ਅਤੇ ਤੁਹਾਡੀ ਬਲੌਗ ਦੇਖਦੇ ਰਿਹਾ ਕਰੋ, ਤੁਹਾਨੂੰ ਸੋਹਣੇ ਲੱਗਦੇ ਆ ਤਾਂ ਲਾਈਕ ਸ਼ੇਅਰ ਕਰਦਿਆ ਕਰੋ, ਸਪੋਰਟ ਕਰਦਿਆ ਕਰੋ ਮੇਰੇ ਵੀਰ, ਅਤੇ ਬਾਕੀ ਆਪਾਂ ਤੁਹਾਨੂੰ ਨਵੇਂ ਨਵੇਂ ਬਲੌਗ ਦਿਖਾਉਂਦੇ ਹਾਂ, ਅੱਜ ਦਾ ਮੈਚ ਕਿੱਦਾਂ ਲੱਗਿਆ ਅਤੇ ਅੱਜ ਦੀਆਂ ਜਗ੍ਹਾਵਾਂ ਕਿੱਦਾਂ ਲੱਗੀਆਂ ਅਤੇ ਸਾਡਾ ਬਲੌਗ ਅੱਜ ਤੱਕ ਕਿੱਦਾਂ ਲੱਗਿਆ ਦੱਸਦੇ ਰਹੋ, ਆਪਣਾ ਕਮੈਂਟ ਦਿਆ ਕਰੋ, ਤੁਹਾਡੇ ਕਮੈਂਟਾਂ ਦੇ ਹਿਸਾਬ ਨਾਲ ਅਸੀਂ ਗਾਹਾਂ ਨੂੰ ਆਪਣੇ ਹੋਰ ਵੀ ਬਲੌਗ ਦੇ ਵਿੱਚ ਸੁਧਾਰ ਕਰਾਂਗੇ। ਜੇ ਸਾਡੇ 'ਚ ਕੋਈ ਕਮੀ ਹੁੰਦੀ ਹੈ ਜ਼ਰੂਰ ਦੱਸਿਆ ਕਰੋ, ਕਿਉਂਕਿ ਵੀਰੇ ਜੇ ਕੁਝ ਤੁਸੀਂ ਦੱਸੋਗੇ ਸਾਨੂੰ ਕੋਈ ਗੁੱਸਾ ਨਹੀਂ ਲੱਗਦਾ ਤੁਹਾਡੀਆਂ ਗੱਲਾਂ ਦਾ, ਠੀਕ ਹੈ ਨਾ। ਅਤੇ ਤੁਸੀਂ ਸਾਨੂੰ ਦੱਸਿਆ ਕਰੋ ਵੀ ਕਿੱਥੇ ਕਮੀ ਹੈ ਕਿੱਥੇ ਨਹੀਂ, ਕਿਹੜੀ ਚੀਜ਼ ਨਹੀਂ ਦਿਖਾਉਣੀ ਚਾਹੀਦੀ ਕਿਹੜੀ ਦਿਖਾਉਣੀ ਚਾਹੀਦੀ ਆ, ਅਤੇ ਬਾਕੀ ਲਾਈਕ ਸ਼ੇਅਰ ਸਪੋਰਟ ਤੁਸੀਂ ਉਹ ਕਰਨੀ ਹੈ ਵੀਰੇ ਜਿਵੇਂ ਵੀ ਹੁੰਦਾ। ਅਤੇ ਹੁਣ ਅਸੀਂ ਘਰ ਪਹੁੰਚ ਗਏ ਹਾਂ ਅਤੇ ਹੁਣ ਵੀਰੇ ਅਸੀਂ ਰੈਸਟ ਕਰਨ ਲੱਗੇ ਹਾਂ ਅਤੇ ਉਹ ਤੋਂ ਬਾਅਦ ਆਪਾਂ ਮਿਲਾਂਗੇ ਕੱਲ੍ਹ ਨੂੰ ਸਵੇਰੇ ਮੋਰਨਿੰਗ, ਚੱਲਦੇ ਹਾਂ ਹੋਰ ਕਿਤੇ ਅਤੇ ਦੇਖਦੇ ਹਾਂ ਕੱਲ੍ਹ ਨੂੰ ਕੀ ਸੀਨ ਆ, ਕਿੱਥੇ ਜਾਣਾ, ਕਿਹੜਾ ਕੰਮ ਆ। ਕੱਲ੍ਹ ਨੂੰ ਮਿਲਦੇ ਹਾਂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।